ਮਾਂ ਓ ਮਾਂ ਮੈਨੂੰ ਲੱਗਦਾ ਪਸ਼ੂ ਆਵਣੀ ਹੈ। ਉਹ ਵੀ ਨਾ ਸਾਰਾ ਦਿਨ ਬਸ। ਮਾਂ ਮੰਮੀ ਵੇ ਹਾਂ ਆਤੀ ਅੱਜ ਤਾਂ ਨਾ ਸਵੇਰੇ ਸਵੇਰੇ ਮੱਥੇ ਲੱਗ ਗਈ, ਦਿਨ ਵਧੀਆ ਲੰਘੂਗਾ। ਵੇ ਕੌਣ ਸਵੇਰੇ ਸਵੇਰੇ ਮੱਥੇ ਲੱਗ ਗਈ, ਕਿਹਦੀਆਂ ਗੱਲਾਂ ਕਰਦਾ? ਉਹ ਤਾਂ ਤੂੰ ਤੂੰ ਮੰਮੀ ਸਵੇਰੇ ਮੱਥੇ ਲੱਗ ਗਈ ਨਾ। ਮੈਂ ਤਾਂ ਉੱਠਦੀ ਮੱਥੇ ਲੱਗਦੀ ਆ, ਕਹਿਣ ਤੂੰ ਹੋਣ ਲੱਗਾ ਹੋਇਆ ਆ। ਉਹ ਮੇਰੀ ਗੱਲ ਸੁਣ ਲੈ, ਐਵੇਂ ਪਾਰਾ ਹਾਈ ਨਾ ਕਰਿਆ ਕਰ। ਕੀ ਨਾ ਪਾਰਾ ਹਾਈ ਕਰਿਆ ਕਰ, ਪੈਸੇ ਕਿੱਥੇ ਆ ਜਿਹੜੇ ਸਵੇਰੇ ਲੈ ਕੇ ਗਿਆ ਸੀ, ਕਿੱਥੇ ਖਰਚੇ ਆ? ਓਏ ਉਹ ਤਾਂ ਜਿਹੜੇ ਕੰਮ ਤੇ ਲੱਗਣੇ ਸੀ ਲੱਗ ਗਏ। ਵੇ ਕਿਸੇ ਚੱਜ ਦੇ ਕੰਮ ਵੀ ਲੱਗੇ ਆ, ਤੇਰੇ ਤਾਂ ਪਿਓ ਨੇ ਮੇਰੇ ਜੁੰਡੇ ਫੜ ਲੈਣੇ ਆ। ਮੈਨੂੰ ਦੱਸ ਤਾਂ ਦੇ ਕਿੱਥੇ ਖਰਚੇ ਆ, ਕਿਹੜੇ ਕੰਮ ਲਾਏ ਆ, ਕੀ ਕਾਰੋਬਾਰ ਸ਼ੁਰੂ ਕੀਤਾ ਤੂੰ? ਮੇਰੀ ਗੱਲ ਸੁਣ ਲੈ, ਕਿਸੇ ਚੰਗੇ ਕੰਮ ਦੀ ਲਾਏ ਆ, ਕਿਸੇ ਦੀ ਮਦਦ ਹੀ ਕਰੀ ਹੈ। ਮਦਦ? ਵੇ ਕਿਹਦੀ ਮਦਦ ਕਰਤੀ? ਕਿਸੇ ਕੁੜੀ ਬੁੜੀ ਦੇ ਮਗਰ ਤਾਂ ਨੀ ਫਿਰਦਾ ਕਿਤੇ? ਉਹੀ ਨਾ ਕਿਸੇ ਕਾਲੀ ਕਲੁੱਟੀ ਨੂੰ ਫੜਾਇਆ ਆ ਹੋਵੇ ਪੈਸੇ। ਤੇਰੇ ਪਿਓ ਦੀ ਗੱਲ ਸੱਚ ਹੋ ਜਾਵੇ, ਵੇ ਤਾਂ ਪੁੱਠੇ ਕੰਮਾਂ 'ਚ ਲੱਗਾ ਹੋਇਆ ਆ, ਦੱਸ ਕੇ ਇਹਨੂੰ ਖਰਚੇ ਨੀ ਦਿੱਤੇ ਆ। ਉਹ ਮਾਂ ਟੈਨਸ਼ਨ ਨੀ ਲੈਣੀ ਹੈਗੀ, ਕਿਸੇ ਚੰਗੇ ਕੰਮ ਦੀ ਲਾਏ ਆ, ਨਾਲੇ ਕਾਲੀ ਕਲੂਟੀ ਥੋੜੀ ਤੇਰਾ ਪੁੱਤ ਵਿਆਹ ਕੇ ਲਿਆਊਗਾ। ਜਿੱਦੇ ਵਿਆਹ ਕੇ ਲਿਆਂਦੀ ਨਾ, ਦੇਖੀ ਤੂੰ ਸਾਰਾ ਪਿੰਡ ਖੜ ਖੜ ਦੇਖੂਗਾ, ਕੂੰਜ ਵਰਗੀ ਲਿਆਵਾਂਗੇ ਵਿਆਹ ਕੇ। ਨਾ ਮੈਂ ਕੀਤੀ ਤੇਰੇ ਵਿਆਹ ਦੀ ਗੱਲ? ਬੜਾ ਤੈਨੂੰ ਚਾਅ ਆ ਵਿਆਹ ਕਰਵਾਉਣ ਦਾ, ਮੈਂ ਤਾਂ ਤੇਰੇ ਰਿਸ਼ਤੇ ਦੀ ਗੱਲ ਹਜੇ ਕਿਤੇ ਤੋਰੀ ਵੀ ਨਹੀਂ। ਵੇ ਕਿਸੇ ਨਾਲ ਕੋਈ ਗੱਲ ਬਾਤਾਂ ਨੀ ਕਰ ਲਈ ਤੂੰ? ਉਹ ਮੇਰੀ ਗੱਲ ਸੁਣ ਲੈ, ਜੇ ਤੂੰ ਨੀ ਰਿਸ਼ਤੇ ਦੀ ਗੱਲ ਤੋਰੀ, ਮੈਨੂੰ ਤਾਂ ਫਿਕਰ ਹੈ ਆ ਤੇਰੇ ਹੱਥਾਂ 'ਚ ਵਿਆਹੀਆਂ ਪੈਂਦੀਆਂ ਨੇ, ਮੈਂ ਚਾਹੁੰਦਾ ਇਹਨਾਂ ਨੂੰ ਸੁਖੀ ਕਰ ਦਈਏ। ਨਾਲੇ ਯਾਰ ਮਾਂ ਹੁਣ ਵਿਆਹ ਵਾਲੀ ਉਮਰ ਤਾਂ ਮੇਰੀ ਹੋ ਹੀ ਰਹੀ ਹੈ। ਉਹਨੂੰ ਪੁੱਤਰੇ ਦਾ ਗੱਲਾਂ ਦੇਖ ਕਿੱਦਾਂ ਕੰਜਰ ਕਰਦਾ ਆਪਣੀ ਮਾਂ ਨਾਲ, ਮਾਂ ਨਾਲ ਮਸ਼ਕਰੀਆਂ, ਮਾਂ ਨਾਲ ਨੀ ਮਸ਼ਕਰੀਆਂ। ਮੇਰੀ ਗੱਲ ਸੁਣ, ਕੋਈ ਗੱਲ ਨੀ, ਜਿੱਦਣ ਤੇਰੇ ਪੁੱਤ ਨੇ ਲਿਆਂਦੀ ਨਾ ਕੋਈ, ਤੂੰ ਮਾਣ ਮਹਿਸੂਸ ਕਰੇਂਗੀ, ਇੰਨੀ ਸੋਹਣੀ ਲਿਆਂਦੀ ਹੈ ਵਿਆਹ ਕੇ। ਮੈਨੂੰ ਦੱਸ ਦੇ, ਆ ਨਾਲ ਦੇ ਪਿੰਡ ਦੇਖ ਲਾ, ਕਹਿੰਦੇ ਬਾਰ ਤੇ ਬਾਰ ਸੀ, ਕੁੜੀ ਮੁੰਡੇ ਨੇ ਭੱਜ ਕੇ ਆਹ ਚੰਡੀਗੜ੍ਹ ਜਾ ਕੇ ਵਿਆਹ ਕਰਵਾ ਲਿਆ, ਕੋਈ ਏਦਾਂ ਦਾ ਨਾ ਚੰਦ ਚਾੜ ਦਈ। ਓ ਯਾਰ ਮਾਂ ਤੂੰ ਕਿਹੋ ਜਿਹੀਆਂ ਗੱਲਾਂ ਕਰਦੀ ਰਹਿੰਦੀ ਹੈ, ਨਾਲੇ ਨਾ ਇਹੋ ਜਿਹਾ ਨੀ ਹੈਗਾ ਤੇਰਾ ਪੁੱਤ ਜਿਹੜਾ ਤੁਹਾਡੀ ਬੇਇੱਜ਼ਤੀ ਕਰਾਊਗਾ। ਵਿਆਹ ਕਰਾਵਾਂਗੇ ਗੱਜ ਵੱਜ ਕੇ, ਹੋ ਸਕਿਆ ਤਾਂ ਜਸਵਿੰਦਰ ਬਰਾੜ ਦਾ ਅਖਾੜਾ ਵੀ ਲਵਾ ਲਾਂਗੇ ਜੇ ਬਾਪੂ ਮੰਨ ਗਿਆ। ਬੇਪੁੱਤ ਜੱਸੀ, ਆ ਮੈਨੂੰ ਤੇਰੀ ਗੱਡੀ ਹੈ ਨਾ ਲੀਹ ਤੋਂ ਉੱਤਰੀ ਲੱਗਦੀ ਆ। ਉਹ ਯਾਰ ਗੱਡੀ ਕੀ ਲਈ ਤੇ ਉਤਰੀ ਆ, ਜੇ ਗੱਡੀ ਲਈ ਤੇ ਉਤਰੀ ਵੀ ਹੋਈ ਨਾ ਤਾਂ ਚੰਗੇ ਪਾਸੇ ਉਤਰੂਗੀ, ਖਤਾਨਾ ਚ ਨੀ ਉਤਰਦੀ। ਹਾਏ ਵੇ, ਕਿਸੇ ਨੂੰ ਬਾਰੇ ਤਾਂ ਨੀ ਆਉਣ ਦਿੰਦਾ, ਬਾਰੇ ਤਾਂ ਨੀ ਆਉਣ ਦਿੰਦਾ। ਮੇਰੀ ਗੱਲ ਸੁਣ ਲੈ, ਹੁਣ ਤੂੰ ਮਾਰਨਾ, ਠੰਡ ਬਹੁਤੀ ਆ, ਆ ਕੇ ਚਾਹ ਬਣਾ ਦੇ ਮਾਂ ਬਣ ਕੇ, ਠੀਕ ਹੈ? ਹਾਏ ਹਾਏ, ਕਿਤੇ ਨੇ ਕੋਈ ਅੱਧ ਖੜ ਉਮਰ ਦੀ ਜਨਾਨੀ ਨਾ ਮਗਰ ਲਾ ਰੱਖੀ ਹੋਵੇ। ਮੈਂ ਤਾਂ ਆਪਣੀ ਨੂੰਹ ਸੱਚੀ ਬਹੁਤ ਸੋਹਣੀ ਸੁਨੱਖੀ ਲਿਆਉਣੀ ਆ। ਮੈਨੂੰ ਤਾਂ ਇਹਦੀਆਂ ਗੱਲਾਂ ਤੋਂ ਸ਼ੱਕ ਹੁੰਦਾ ਵੀ ਇਹਨੇ ਜ਼ਰੂਰ ਕੋਈ ਕੁੜੀ ਪਸੰਦ ਕਰ ਰੱਖੀ ਹੈ। ਹਾਏ, ਜੇ ਇਹਦੇ ਪਿਓ ਨੂੰ ਪਤਾ ਲੱਗ ਗਿਆ ਨਾ, ਉਹਨੇ ਤਾਂ ਮੇਰਾ ਜੀਣਾ ਹਰਾਮ ਕਰ ਦੇਣਾ। ਉਹਨੇ ਤਾਂ ਕਹਿਣਾ ਦੇਖ ਲੈ, ਦਿੰਦੀ ਸੀ 4-4 ਲੱਖ ਦੀਆਂ ਰਕਮਾਂ, ਖਵਾ ਤੇ ਨਾ ਕੁੜੀ ਨੂੰ, ਖਵਾ ਤੇ ਬੁੜੀ ਨੂੰ, ਹੁਣ ਕੀ ਪਤਾ ਇਹਨੇ ਕੀ ਕੀਤਾ ਕੀ ਨਹੀਂ ਪੈਸਿਆਂ ਦਾ। ਚੱਲ ਕੋਈ ਨਹੀਂ, ਹੌਲੀ ਹੌਲੀ ਤਾਂ ਮੈਂ ਭੇਤ ਕੱਢੂੰਗੀ। ਐ ਤਾਂ ਮੈਨੂੰ ਇਹਦੇ 'ਤੇ ਪੂਰਾ ਯਕੀਨ ਹੈ ਵੀ ਗਲਤ ਕੰਮ ਨਹੀਂ ਕਰਦਾ ਹੈ, ਸੰਸਕਾਰ ਵੀ ਵਧੀਆ ਦੇ ਕੇ ਪਾਲਿਆ ਮੈਂ ਆਪਣਾ ਪੁੱਤ। ਚੱਲ ਕੋਈ ਨਹੀਂ, ਇਹਨੂੰ ਪਹਿਲਾਂ ਚਾਹ ਦਾ ਘੁੱਟ ਬਣਾ ਦਾ। ਕੋਈ ਜੋੜਾ ਪੱਖੀਆਂ ਦਾ, ਕੋਈ ਜੋੜਾ ਪੱਖੀਆਂ ਦਾ, ਹਾਂ ਇੱਕ ਮਾਹੀ ਆਪ ਸੋਹਣਾ, ਦੂਜਾ ਜ਼ਾਲਮ ਅੱਖੀਆਂ ਦਾ, ਹੋ ਇੱਕ ਮਾਹੀ ਆਪ ਸੋਹਣਾ, ਦੂਜਾ ਜ਼ਾਲਮ ਅੱਖੀਆਂ ਦਾ। ਜਾਇਆ ਨੀ ਗਿਆ, ਉਹ ਜਾ ਕੇ ਵੀ ਮੁੜਿਆ ਮੈਂ।
ਆ ਚੱਕ ਤੇਰਾ 4 ਲੱਖ ਰੁਪਿਆ ਅੱਗ ਲਾ ਦੇਣਾ ਨੂੰ ਓਏ ਫਿੱਕੀਆਂ ਖਿੱਲਾਂ ਨਹੀਂ ਹੈਗੀਆਂ ਐ ਮਾਰੀਆਂ ਵਗਾ ਕੇ ਇਹ 4 ਲੱਖ ਰੁਪਿਆ ਹੈਗਾ ਮੈਂ 4 ਲੱਖ ਤੋਂ ਗਾਹ ਛਡਾਉਣਾ ਜਦੋਂ ਮੇਰੇ ਕੰਮ ਹੀ ਨਾ ਆਇਆ ਕੰਮ ਨਾ ਆਇਆ ਆ ਕੀ ਮਤਲਬ 4 ਲੱਖ ਰੁਪਿਆ ਫੜਾਇਆ ਸੀ ਤੈਨੂੰ ਮੈਂ ਤੈਨੂੰ 4 ਰੁਪਏ ਨਹੀਂ ਦਿੰਦਾ ਕੋਈ ਭਰੋਸਾ ਕਰਕੇ ਉਹ ਵੀ ਨਹੀਂ ਤੈਥੋਂ ਪੂਰਾ ਹੋਇਆ ਅੱਛਾ ਅੱਛਾ ਕਿਉਂ ਉੱਜੜੀਆਂ ਖੱਡਾਂ 'ਚ ਪਾਣੀ ਪਾਈ ਜਾਂਦਾ ਕਹਿੰਦਾ 4 ਰੁਪਏ ਨਹੀਂ ਦਿੰਦਾ ਤੈਨੂੰ ਕੋਈ ਉਹ ਯਾਰ 4 ਲੱਖ ਦਾ ਮੈਂ ਕਰੂੰਗਾ ਕੀ ਜਦੋਂ ਅਗਲੇ ਨੇ ਫੜਿਆ ਹੀ ਨਹੀਂ ਯਾਰ ਪਤੀ ਜੀ ਮੈਨੂੰ ਐਂ ਸਮਝ ਨਹੀਂ ਆਉਂਦੀ 4 ਲੱਖ ਆ ਕਿੱਥੋਂ ਗਿਆ ਉਹਨਾਂ ਕੋਲੇ ਫਿਰ ਮੈਨੂੰ ਨਹੀਂ ਪਤਾ ਕਿੱਥੋਂ ਆਇਆ ਚਾਚਾ ਪਰ ਅਗਲਿਆਂ ਨੇ ਤਾਂ ਕਹਿਤਾ ਵੀ ਜਾ ਕੇ ਆਪਦੇ ਚਾਚੇ ਨੂੰ ਕਹਿ ਦੀ ਪੈਸੇ ਫੜ ਕੇ ਲੈ ਜੂਗਾ ਸਾਡੇ ਤੋਂ ਕਿਹੜੇ ਢਾਵੇਂ ਹੋਣਗੇ ਉਹਦੇ ਕੋਲੇ ਐਂ ਕਿਹਾ ਵੀ ਆ ਕੇ ਲੈ ਜੇ ਹੈ ਹਾਂ ਕਿਹਾ ਚੱਲ ਮੇਰੇ ਨਾਲ ਚੱਲ ਆਪਾਂ ਚੱਲਦੇ ਹਾਂ ਦੇਖਣਾ ਕਿੰਨੇ ਕੁ ਪੈਸੇ ਆ ਉਹਨਾਂ ਕੋਲੇ ਉਹ ਦੇਖ ਚਾਚਾ ਮੈਂ ਨਹੀਂ ਜਾਂਦਾ ਤੇਰੇ ਨਾਲ ਮੈਂ ਤਾਂ ਪਹਿਲਾਂ ਜਾ ਕੇ ਪਛਤਾਉਣਾ ਜਾਣ ਸਰ ਗੁਲਾਬੋ ਨੇ ਮੈਨੂੰ ਇਹੀ ਮਿਹਣਾ ਮਾਰਿਆ ਵੀ ਤੂੰ ਕੀ ਕਰਨ ਆਇਆ ਤੀ ਕੀ ਹੱਕ ਬਣਦਾ ਤੀ ਤੇਰਾ ਉੱਥੇ ਆਉਣ ਦਾ ਪਹਿਲਾਂ ਤੂੰ ਸੋਚ ਮੈਂ ਤੈਨੂੰ ਕਿੰਨਾ ਕਹਿੰਦਾ ਰਿਹਾ ਵੀ ਮੈਨੂੰ ਨਾ ਲੈ ਕੇ ਜਾ ਨਾ ਲੈ ਕੇ ਜਾ ਮੇਰਾ ਹੱਕ ਬਣਦਾ ਰਿਸ਼ਤਾ ਕਰਾਉਣਾ ਅੱਛਾ ਪਹਿਲੀ ਮੁੰਡਾ ਆਪ ਉਹਨਾਂ ਦੇ ਘਰੇ ਜਾ ਵੜੇ ਉਹ ਸਾਲਿਆ ਮੈਂ ਤਾਂ ਕਹਿੰਦਾ ਵੀ ਚੱਲ ਹਿਸਾਬ 'ਚ ਆ ਜੇ ਕੋਈ ਗੱਲ ਕਿਸੇ ਹਿਸਾਬ 'ਚ ਆ ਜੇ ਕਿਸੇ ਲੋਟ ਆ ਜੇ ਮੈਂ ਤਾਂ ਹੀਲੇ ਤਾਂ ਉਹ ਕਰਦਾਂਗਾ ਮੈਨੂੰ ਲੱਗਦਾ ਮੈਨੂੰ ਚਾਚੀ ਨਾਲੇ ਗੱਲ ਕਰਨੀ ਪਊ ਤੂੰ ਤਾਂ ਪਾਈ ਖੜਾ ਪੂਰੀ ਯਾਰ ਫਿਰ ਹੁਣ ਚਾਚੀ ਤਾਂ ਹੁਣ ਆ ਗਈ ਉਹਨੂੰ ਸੁਣ ਗਿਆ ਦੇਊ ਦੇਖੂ ਦਾਣੇ ਨੇ ਤੈਨੂੰ ਨੇ ਮੈਨੂੰ ਹੁਣ ਕਰਨਾ ਕੀ ਹੈ ਗੱਲ ਨਿਰਣੇ ਤਾਂ ਲਾ ਦੇ ਪੂਰੀ ਕਰੀਏ ਕੀ ਲਾਉਣਾ ਚੱਲ ਚੱਲਦਿਆਂ ਫੜ ਕੇ ਲਿਆਉਣਿਆ ਪੈਸੇ ਨਾਲ ਪਤਾ ਲੱਗ ਜੂ ਵੀ ਹੈਗੇ ਆ ਕਿ ਨਾ ਆਹ 4 ਲੱਖ ਜੇਬ 'ਚ ਪਾ ਲਈ ਮੁੜ ਕੇ ਉਹਨਾਂ ਨੂੰ ਫੜਾਇਆ ਹੀ ਜੇ ਨਾ ਹੋਏ ਤਾਂ ਜਾਣਾ ਪਊ ਹੁਣ ਬਾਗ ਚੱਲਦੇ ਹਾਂ ਕੱਲ੍ਹ ਨੂੰ ਜਾਣਾ ਕੱਲ੍ਹ ਨੂੰ ਬਾਗ ਜਾ ਤੇਰੀ ਮਰਜ਼ੀ ਆ ਚੱਲ ਜਾਈ ਆਉਣਿਆ ਕਿੱਥੇ ਕੁਛ ਪਤਾ ਤਾਂ ਲੱਗੂ ਕੀ ਬਣਦਾ ਕੀ ਨਾ ਬਣਦਾ ਚੱਲ ਤੌਰ ਫਿਰ ਹੁਣੀ ਚੱਲ ਹਾਂ ਜਾ ਗੁਲਾਬੋ ਨੀ ਗੁਲਾਬੋ ਗੁਲਾਬੋ ਹਾਂ ਬੇਬੇ ਦੇਖ ਲੈ ਲੈ ਮੈਂ ਕਿਹੜੀਆਂ ਸੋਚਾਂ 'ਚ ਡੁੱਬੀ ਪਈ ਹਾਂ ਤੂੰ ਕੁਛ ਨਹੀਂ ਗਾਉਂਦੀ ਗਾਉਂਦੀ ਮੈਂ ਇੱਕ ਗੀਤ ਲਿਖਣ ਲੱਗ ਗਈ ਸੀ ਪੁੱਤ ਗਾਉਂਦੀ ਤਾਂ ਤੂੰ ਬਹੁਤ ਸੋਹਣਾ ਹੈ ਜੇ ਹੈਗਾ ਕੋਈ ਕਰੇ ਤੁਹਾਨੂੰ ਯਾਦ ਕਰੇ ਸਤਾ ਮਨ ਹਾਜ਼ਰ ਵਧੀਆ ਬੇਬੇ ਮੂੰਹ ਤੇ ਮਾਰ ਪੈਸੇ ਚਲਾ ਕੇ ਭੱਜਿਆ ਫਿਰੂਗਾ ਨਾਲੇ ਇਦੂ ਬਾਅਦ ਨਾ ਫੁੱਫੜ ਨੂੰ ਵਹਿਦੀ ਇੱਥੇ ਆਉਣ ਦੀ ਲੋੜ ਚੱਲ ਭਾਈ ਆਪਾਂ ਕੋਈ ਕੰਮ ਸੁਣ ਲਓ ਕੋਈ ਆ ਜਾਓ ਭਾਈ ਆ ਜਾਓ ਘਰੀ ਆ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਭਾਈ ਹੋਰ ਠੀਕ ਹੋ ਭਾਈ ਹਾਂ ਠੀਕ ਹੈ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਫੁੱਫੜ ਜੀ ਸਤਿ ਸ਼੍ਰੀ ਅਕਾਲ ਭਾਈ ਹੋਰ ਠੀਕ ਆ ਠੀਕ ਹੈ ਹੋਰ ਬਈ ਘਰ ਪਰਿਵਾਰ ਠੀਕ ਹੈ ਹਾਂ ਠੀਕ ਸੀ ਸਾਰੇ ਵਧੀਆ ਤੁਸੀਂ ਦੱਸੋ ਠੀਕ ਹੈ ਬਈ ਆ ਜਾ ਬਈ ਬਹਿ ਜਾ ਫਿਰ ਚਾਹ ਪਾਣੀ ਬਣਾਉਨੇ ਆ ਨਾ ਨਾ ਬਸ ਚਾਹ ਪਾਣੀ ਤਾਂ ਪੀ ਕੇ ਆਏ ਸੀ ਅਸੀਂ ਕੀ ਕੋ ਸਰ ਮੂਸਰ ਜੀ ਕਰੀ ਜਾਂਦੇ ਮੈਨੂੰ ਦੱਸੋ ਸਿੱਧਾ ਕੀ ਕਹਿੰਦੇ ਹੋ ਕੁਝ ਨਹੀਂ ਬਈ ਮੈਂ ਆ ਮੁੰਡਾ ਤਾਂ ਕਰ ਜੀ ਮੈਂ ਦੱਸ ਦਿੰਨੀ ਆ ਸਿੱਧਾ ਅਸ ਅਸੀਂ ਤਾਂ ਤੁਹਾਨੂੰ ਇੰਨੀ ਕਹਿਣਾ ਚਾਹੁੰਦੇ ਆ ਕੱਲ ਤੁਸੀਂ ਸਾਨੂੰ ਮਿਹਣਾ ਮਾਰ ਕੇ ਗਏ ਸੀ ਨਾ ਵੀ ਅਸੀਂ ਤੁਹਾਡਾ 4 ਲੱਖ ਰੁਪਏ ਦੇਣਾ ਸਾਡੇ ਕੋਲ ਪੈਸੇ ਹੈਗੇ ਆ ਜਾ ਬੇਬੇ ਅੰਦਰੋਂ ਪੈਸੇ ਲਿਆ ਕੇ ਦੇ ਦੇ ਗਲਾਬੂ ਐਂਦੇ ਨਹੀਂ ਬੋਲਿਆ ਕਰਦੇ ਮੜਿਆ ਮੈਨੂੰ ਗੱਲ ਕਰ ਲੈ ਆਹੀਂ ਆਏ ਸੀ ਅਸੀਂ ਆ ਮੁੰਡੇ ਨੇ ਸਨੇਹਾ ਲਾਇਆ ਸੀ ਮੈਨੂੰ ਕੋਈ ਨਾ ਬਾਈ ਆ ਜਾ ਬੈਠੋ ਚਾਹ ਪਾਣੀ ਤਾਂ ਪੀਓ ਪਹਿਲਾਂ ਨਾ ਨਾ ਬਸ ਭਾਈ ਚਾਹ ਪਾਣੀ ਤਾਂ ਅਸੀਂ ਪੀ ਕੇ ਆਏ ਸੀ ਹੁਣੀ ਕਿਹੜਾ ਬਾਲਾ ਟਾਈਮ ਲੱਗਿਆ ਨਾ ਪੈਸੇ ਲਿਆ ਦੇ ਚੱਲ ਚੰਗਾ ਬਾਈ 1 ਮਿੰਟ ਰੁਕੋ ਫਿਰ ਕੌਮ ਦੀਆਂ ਗੱਲਾਂ ਪੈਸੇ ਲਿਆ ਦੇ ਮਸ਼ੀਨ ਲੱਗੀ ਹੋਈ ਹੈ ਨਾ ਪੈਸਿਆਂ ਨੂੰ ਦਾ ਘਰੇ ਆ ਲੈ ਕੀ ਹੈ ਇਹ ਪੈਸੇ ਨੇ ਖੋਲ ਕੇ ਦੇਖ ਲਓ ਫੁੱਫੜ ਦੀ 4 ਲੱਖ ਰੁਪਈਆ ਜਿਹੜਾ ਤੁਹਾਡਾ ਦੇਣਾ ਸੀ ਨੇ ਉਹ ਕੁੜੀਏ ਤੁਹਾਡੇ ਪੈਸੇ ਅੱਛਾ 4 ਲੱਖ ਰੁਪਈਆ ਹੈ ਹਾਂ ਬਈ ਆ ਫੜ ਬਈ ਲੈ ਦੱਸ ਕੀ ਦੱਸਾਂ ਤੂੰ ਤਾਂ ਸੌਰੀ ਕਮਲੀ ਹੈ ਜੇ ਮੈਥੋਂ ਕੁਝ ਕਿਹਾ ਗਿਆ ਬਲੱਡ ਵਧੇ ਦੇ ਵਿੱਚ ਇਹਦਾ ਮਤਲਬ ਇਹ ਹੈਗਾ ਵੀ ਮੈਂ ਤੁਹਾਨੂੰ 4 ਲੱਖ ਰੁਪਈਆ ਲੈ ਕੇ ਮਗ ਜਾਊਂਗਾ ਹੁਣ ਤਾਂ ਤੁਸੀਂ ਫੁੱਫੜ ਜੀ ਕਹਿ ਰਹੇ ਸੀ ਮੈਂ ਪੈਸੇ ਲੈਣੀ ਆਇਆ ਪੈਸੇ ਲੈਣ ਆਇਆ ਅਸੀਂ ਤਾਂ ਗਾਹਾਂ ਕੰਮ ਆਏ ਸੀ ਉੱਥੇ ਮੈਂ ਕਿਹਾ ਚੱਲ 2 ਮਿੰਟ ਘਰੇ ਖੜ ਜਾਾਂਗੇ ਪਤਾ ਲੈ ਲਾਂਗੇ ਗੱਲਬਾਤ ਦਾ ਚੱਲ ਬਾਈ ਪੈਸੇ ਤਾਂ ਫਿਰ ਤੇਰੇ ਦੇਣੇ ਨੇ ਇਹ ਤਾਂ ਰੱਖ ਲੈ ਤੂੰ ਫਿਰ ਕੋਈ ਨਾ ਭਾਈ ਮੈਂ ਆਪੇ ਲੈ ਲੂ ਫਿਰ 4 ਸਾਲਾਂ ਦਾ ਮੈਂ ਆਪੇ ਨਾਲ ਲੈ ਲੈਂਦਾ ਪੈਸੇ ਜਦੋਂ ਮੈਨੂੰ ਲੋੜ ਹੋਈ ਮੈਂ ਆਪੇ ਲੈ ਲੂਗਾ ਭੋਲੇ ਨਾਲ ਗੱਲ ਕਰਕੇ ਕੋਈ ਨਾ ਆਪੇ ਲੈ ਲੂ ਤਾਂ ਕੀ ਮਤਲਬ ਹੈ ਫੁੱਫੜ ਜੀ ਹੁਣ ਅਸੀਂ ਤੁਹਾਡੇ ਪੈਸੇ ਦੇ ਰਹੇ ਹਾਂ ਲੈ ਲੋ ਬਾਅਦ ਚੋਂ ਨਾ ਕਹਿਓ ਝੁੱਗਾ ਚੱਕ ਕੇ ਉਹ ਮੈਨੂੰ ਪਤਾ ਹੀ ਆ ਝੁੱਗਾ ਚੱਕਣ ਵਾਲਿਆਂ ਦਾ ਅੱਗੇ ਕਿੰਨਾ ਕੁ ਝੁੱਗਾ ਚੱਕਦਾ ਤੁਸੀਂ ਕੋਈ ਨਾ ਕਮਲੀਆਂ ਗੱਲਾਂ ਨਹੀਂ ਕਰੀਆਂ ਨਹੀਂ ਆਉਂਦੀਆਂ ਕੰਮ ਕਰੋ ਬੀਬੀ ਫੁੱਫੜ ਮਿੱਠਾ ਜਿਹਾ ਕਿਵੇਂ ਬਣੀ ਜਾਂਦਾ ਇਹ ਤਾਂ ਪੈਸਿਆਂ ਨੂੰ ਜਵਾਬ ਦੇਣ ਲੱਗ ਰਿਹਾ ਮੈਂ ਤਾਂ ਆਪ ਆਹੀ ਸੋਚਦੀ ਹਾਂ ਗੁਲਾਬੋ
ਇਹਨੇ ਕਿਵੇਂ ਗਿਰਖਟ ਵਾਂਗੂ ਰੰਗ ਬਦਲ ਲਿਆ। ਹੋ ਚਾਚਾ ਆਹ ਕੀ ਸਕੀਮਾਂ ਜੀ ਲੜਾਈ ਜਾਂਦਾ ਹੁਣ ਮੈਨੂੰ ਦੱਸ ਤਾ ਦੇ ਚੱਕਰ ਕੀ ਹੈ। ਉਹ ਭਤੀਜ ਰੁਕ ਜਾ ਤੂੰ, ਤੇਲ ਦੇਖ ਤੇਲ ਦੀ ਧਾਰ ਦੇਖ, ਮੌਕਾ ਸੰਭੀਦਾ ਹੁੰਦਾ। ਆ ਲੈ ਬਾਈ ਲੈ ਲੈ ਪੈਸੇ ਤੂੰ। ਉਹ ਭੈਣੇ ਇੱਥੇ ਪੈਸੇ ਪਏ ਆ ਮੇਰੇ ਕੋਲ ਪਏ ਆ, ਇੱਕੋ ਹੀ ਗੱਲ ਆ, ਕਿਉਂ ਘਬਰਾਉਂਦੇ ਹੋ ਤੁਸੀਂ? ਕੋਈ ਹੋਰ ਕੰਮ ਲੈ ਲਓ, ਇਹ ਜਦੋਂ ਮੈਨੂੰ ਲੋੜ ਹੋਈ ਮੈਂ ਆਪੇ ਲੈ ਲੂੰਗਾ। ਘਬਰਾਉਣ ਵਾਲੀ ਤਾਂ ਕਿਹੜੀ ਗੱਲ ਹੈ ਬਾਈ, ਦਿੱਤੇ ਲਏ ਵਿਹਾਰ ਹੈ, ਹੁਣ ਸਾਡੇ ਕੋਲ ਹੈਗੇ ਸੀ ਤਾਂ ਤੈਨੂੰ ਦੇ ਰਹੇਗੇ। ਤੁਸੀਂ ਲੈ ਲਓ ਪੈਸੇ ਆਪਦੇ। ਮੈਂ ਤੇਰੇ ਨਾ ਖੁੰਡਾ ਮਾਰਨਾ ਸਿਰ 'ਚ, ਬੋਲੀ ਜਾਂਦੀ ਹੈਗੀ, ਇੱਥੇ ਪਸ਼ੂਆਂ ਨੂੰ ਪਾ ਲਓ ਕੁਛ ਛਤੜਾ, ਕੋਈ ਨਾ ਜਦੋਂ ਲੋੜ ਹੋਈ ਮੈਂ ਆਪੇ ਲੈ ਲੂੰਗਾ। ਨਾਲੇ ਆਹ ਮੁੰਡਾ ਗਾ ਮੈਂ ਤੁਹਾਨੂੰ ਦੱਸਿਆ ਸੀ ਜਿਹੜਾ। ਹਾਂ ਇਹਦਾ ਵਿਚਾਰਾ ਸਵੇਰੇ ਵੀ ਆਇਆ ਸੀ ਸਾਡੀ ਹੈਲਪ ਕਰਨ ਵਾਸਤੇ 4 ਲੱਖ ਰੁਪਇਆ ਲੈ ਕੇ, ਪਰ ਮੋੜ ਤੇ ਕਿਉਂਕਿ ਸਾਡੇ ਕੋਲ ਆਪਦੇ ਪੈਸੇ ਹੈਗੇ ਸੀ ਨਾ, ਅਸੀਂ ਤਾਂ ਕਰਕੇ ਮੋੜਤਾ ਇਹਨੂੰ। ਤੂੰ ਕੀ ਕਰਨ ਆਇਆ ਸੀ ਇੱਥੇ ਓਏ? ਕੁਛ ਨਹੀਂ ਚਾਚਾ, ਮੈਂ ਤਾਂ ਉਹੀ ਆਇਆ ਸੀਗਾ, ਮੈਂ ਲੰਘਦਾ ਸੀ, ਮੈਂ ਸੋਚਿਆ ਚੱਲ ਗੇੜਾ ਮਾਰ ਜਾ। ਇਹ ਤਾਂ ਐਂ ਵੀ ਕਹਿੰਦਾ ਸੀਗਾ ਵੀ ਤੇਰਾ ਫੁੱਫੜ ਸਿਰੇ ਦਾ ਮਲੰਗ ਹੈ, ਉਹਦੇ ਨਾਲ ਮੇਰੀ ਬਣਦੀ ਨਹੀਂ। ਕੀ ਮਲੰਗ ਪੁਣਾ ਦੇਖ ਲਿਆ ਤੂੰ ਮੇਰਾ ਓਏ? ਚੱਲ ਤੂੰ ਛੱਡ, ਤੈਨੂੰ ਤਾਂ ਪਿੰਡ ਜਾ ਕੇ ਦੇਖਦਾ ਮੈਂ, ਕੋਈ ਨਾ ਜੜਾਂ 'ਚ ਦਾਤੀ ਫੇਰਦਾ ਮੈਂ ਤੇਰਾ ਫਾਇਦਾ ਕਰਦਾ ਫਿਰਦਾ, ਤੂੰ ਹਜੇ ਮਲੰਗ ਬੇਮਲੰਗ ਪਰਖਦਾ ਮੈਨੂੰ। ਕਰ ਲਓ ਕਿਸੇ ਦਾ ਫਾਇਦਾ, ਚੱਲ ਤੁਰ, ਚੰਗਾ ਭਾਈ ਕਰੋ ਕੰਮ ਤੁਸੀਂ ਆਪਦਾ। ਨਾ ਤੈਨੂੰ ਸਰਦਾ ਨਹੀਂ ਹੁੰਦਾ ਬੋਲੇ ਬਿਨਾਂ, ਉਹ ਵਿਚਾਰੇ ਦੇ ਉਹਦੇ ਵੀ ਛਿੱਤਰ ਪਵਾਵੀਂ। ਲੈ ਛਿੱਤਰ ਪਵਾਉਣ ਲਈ ਕਿਹੜੀ ਗੱਲ ਹੈ, ਮੈਂ ਤਾਂ ਪਰਖ ਕਰਦੀ ਸੀ ਵੀ ਭਲਾ ਉਹ ਮੁੰਡਾ ਸੱਚੀ ਹੋ ਆਪਦੇ ਚਾਚੇ ਨੂੰ ਦੱਸ ਗਿਆ ਆ ਕਿ ਬਿਨਾਂ ਦੱਸੇ ਆਇਆ। ਹੁਣ ਪਤਾ ਤਾਂ ਲੱਗ ਗਿਆ ਵੀ ਇਹਨਾਂ ਦੋਹਾਂ ਦੀ ਆਪਸ 'ਚ ਬਣਦੀ ਬੁਣਦੀ ਨਹੀਂ, ਫੁੱਫੜ ਤਾਂ ਨਾ ਮੁੰਡੇ ਨੂੰ ਧੱਕੇ ਨਾਲ ਹੀ ਖਿੱਚ ਕੇ ਫਿਰਦਾ ਵਿਚਾਰੇ ਨੂੰ। ਚਾਹੇ ਖਿੱਚੀ ਫਿਰਦਾ ਧੱਕੇ ਨਾਲ, ਚਾਹੇ ਕੁਛ ਵੀ ਹੈ, ਪਰ ਇਹ ਮੁੰਡਾ ਦਿਲ ਦਾ ਸੱਚਾ ਨਹੀਂ ਹੈਗਾ, ਇੰਨਾ ਮੈਂ ਤੈਨੂੰ ਦੱਸਤਾ ਬਸ। ਪਰ ਆਹ ਪੈਸਿਆਂ ਦਾ ਵੀ ਕੀ ਕਰਨਾ, ਹੁਣ ਫੁੱਫੜ ਦੇ ਪੈਸੇ ਦੇ ਦੇਣੇ ਸੀ। ਫਿਰ ਹੁਣ ਮੈਂ ਕੀ ਕਰਾਂ ਜਦੋਂ ਲੈ ਕੇ ਨਹੀਂ ਗਿਆ? ਕੋਈ ਨਾ ਤੇਰਾ ਬਾਪੂ ਆ ਜਾਊਗਾ 1-2 ਦਿਨਾਂ 'ਚ, ਉਹਦੇ ਹੱਥੀ ਪਹੁੰਚਾ ਦਾਂਗੇ ਆਪਾਂ ਪੈਸੇ ਉਹਦੇ ਕੋਲ। ਚੱਲ ਅੰਦਰ ਕੰਮ ਧੰਦਾ ਕਰੀਏ ਕੋਈ। ਚੱਲ ਓਏ ਮੋੜ ਮੁੰਡਿਆ। ਮੋੜਦਾ ਤਾਂ ਹੈਗਾ ਚਾਚਾ, ਪਰ ਮੇਰੇ ਦਿਮਾਗ 'ਚ ਨਾ ਇੱਕ ਗੱਲ ਘੁੰਮੀ ਜਾਂਦੀ ਆ। ਕੀ ਹੋ ਗਿਆ? ਜਿਹੜੇ ਬੈਗ 'ਚ ਪੈਸੇ ਤੀ, ਪੈਸੇ ਫੜਾਉਂਦੇ ਤੀ, ਹਾਂ ਉਹ ਬੈਗ ਕਿਤੇ ਦੇਖਿਆ ਲੱਗਦਾ। ਤੂੰ ਸਾਲਿਆ ਕਿੱਥੇ ਦੇਖ ਲਿਆ ਹੋਏ? ਕਿੱਥੇ ਦੇਖਿਆ? ਹਾਂ ਉਹ ਬੈਗ ਡਾਕੀ ਲਵੀ ਨਹੀਂ ਤੀ ਜਦੋਂ ਆਪਾਂ ਕੱਲ੍ਹ ਆਇਆ। ਓਏ ਹਾਂ ਇਹ ਗੱਲ ਤੇਰੀ ਸਹੀ ਹੈ, ਬੈਗ ਤਾਂ ਉਹੀ ਸੀ ਇਹ। ਮੈਂ ਵੀ ਤਾਂ ਸੋਚੀ ਚੱਲਾਂ ਵੀ ਨਲਵੇ ਪੈਸੇ ਆਏ ਤਾਂ ਆਏ ਕਿੱਥੋਂ, ਮੇਰਾ ਸਾਲਾ ਡਾਕੀਆ ਉਹ ਜੜਾਂ 'ਚ ਦਾਤੀਆਂ ਫੇਰਦਾ ਆਪਣੇ। ਕੋਈ ਨਾ ਧੀਰਜ ਰੱਖ, ਉਹਦਾ ਵੀ ਕੰਡਾ ਕੱਢਣ ਜਾਣਦੇ ਹਾਂ, ਕੱਢ ਦਿਆਂਗੇ ਫਿਰ ਜੇ ਨਾ ਸਭ ਚਾਹੀ ਗੱਲ। ਜਦ ਇਹ ਨਾ ਹੋਵੇ ਚਾਚਾ, ਜੂਸ ਆਪਾਂ ਕੱਢਦੇ ਰਹਿ ਜਾਈਏ ਅਤੇ ਪੀ ਕੋਈ ਹੋਰ ਜਾਵੇ। ਸਾਲੇ ਦੀ ਜਵਾਨ ਨਹੀਂ ਖਿੱਚੂ ਹਲਕ 'ਚੋਂ, ਐਂ ਜੂਸ ਪੀਣ ਦਿੰਦਾ ਮੈਂ? ਸਾਲੇ ਦੀ ਜਵਾਨ ਨਹੀਂ ਖਿੱਚੂ ਹਲਕ 'ਚੋਂ। ਤੂੰ ਤਾਂ ਚਾਚਾ ਜਦੋਂ ਖਿੱਚੇਗਾ ਦੇਖੀ ਜਾਊ, ਇੱਦੂ ਪਹਿਲਾਂ ਮੈਨੂੰ ਲੱਗਦਾ ਵੀ ਮੈਨੂੰ ਬਿਸਤਰਾ ਗੋਲ ਕਰਨਾ ਪਊਦਾ, ਉਹ ਤਾਂ ਆਪਦੀ ਗੇਮ ਪਾ ਗਿਆ ਨਾ, ਉਹ ਤਾਂ ਹੋ ਗਿਆ ਚੌੜਾ ਇੱਥੇ ਆ ਕੇ ਵੀ ਹਾਂ ਸਾਰਾ ਕੁਛ ਮੈਂ ਹੀ ਕਰਦਾ। ਉਹ ਤੂੰ ਕੋਈ ਹੋਰ ਕੰਮ ਨਾ ਕੁੱਟਣੀ, ਮੇਰੀ ਰਾਏ ਨਾਲ ਚੱਲੀ, ਕਿਤੇ ਗਲਤ ਕੰਮ ਕਰ ਲਏ। ਚੱਲ ਤੂੰ ਇੱਥੇ ਚੱਲ, ਹੁਣ ਆਪਾਂ ਘਰੇ ਜਾ ਕੇ ਕਰਦੇ ਹਾਂ ਗੱਲ। ਇੱਕ ਤਾਂ ਗੱਲ ਪਤਾ ਲੱਗ ਗਈ ਵੀ ਚੋਰਾਂ ਨੂੰ ਵੀ ਮੋਰ ਪੈ ਜਾਂਦੇ ਨੇ, ਜਿਹੜੀਆਂ ਸਕੀਮਾਂ ਤੂੰ ਲੜਾਉਣਾ ਇੱਦੂ ਪਹਿਲਾਂ ਡਾਕੇ ਲੜਾ ਗਿਆ ਉਹ। ਕੋਈ ਨਾ ਉਹਦਾ ਲੈਂਦੇ ਹਾਂ ਕੀ ਹਿਸਾਬ, ਸਾਰਾ ਪਤਾ ਕਰ ਲੈਣਾ। ਸਾਨੂੰ ਵੀ ਰੋਸ਼ਨ ਕਰਦੇ ਪਰੀਆਂ ਦੇ ਜਾਈਏ ਨੀ। ਕਿੰਨੀ ਵਾਰ ਕਿਹਾ ਨਾ ਗਾਇਆ ਕਰ, ਤੇਰਾ ਬਾਪੂ ਬੁਰਾ ਮੰਨਦਾ। ਉਹ ਮਾਂ ਬਾਪੂ ਦਾ ਕੀ ਹੈ, ਬਾਪੂ ਤਾਂ ਬੁਰਾ ਮੰਨੀ ਜਾਂਦਾ, ਹੁਣ ਉਹਦੇ ਪਿੱਛੇ ਆਪਦੇ ਦਿਲ ਦੇ ਅਰਮਾਨ ਮਾਰ ਲਈਏ। ਤੈਨੂੰ ਅਰਮਾਨ ਮਾਰਨ ਨੂੰ ਕੌਣ ਕਹਿੰਦਾ, ਅਗਾਂਹ ਪਿੱਛੇ ਹੋ ਕੇ ਗਾ ਲਿਆ ਕਰ। ਸੱਚੀ ਦੱਸਾਂ ਨਾ, ਅੱਜ ਮੈਂ ਹਲੇ ਘਰ ਤੋਂ ਬਾਹਰ ਜਾਣਾ, ਕੱਲ੍ਹ ਦਾ ਦਿਨ ਤਾਂ ਨਾ ਇੰਨਾ ਨਜ਼ਾਰੇਦਾਰ ਸੌਖਾ ਲੰਘਿਆ ਨਾ, ਕੱਲ੍ਹ ਮੇਰੇ ਕੋਈ ਮੱਥੇ ਲੱਗ ਗਿਆ ਸੀ ਉਹਦੇ ਕਰਕੇ, ਅੱਜ ਘਰੋਂ ਬਾਹਰ ਜਾਣ ਲੱਗਿਆ ਸੋਚਦਾ ਪਤਾ ਨਹੀਂ ਕੌਣ ਮੱਥੇ ਲੱਗੂ ਕੌਣ ਨਹੀਂ, ਯਾਰ ਆਹੀ ਸੋਚ ਲੱਗ ਰਹੀ ਹੈ। ਕੱਲ ਕੌਣ ਮੱਥੇ ਲੱਗਾ ਸੀ ਵੇ? ਉਹ ਲੱਗਿਆ ਸੀ ਕੋਈ, ਜੇ ਉਹ ਤੇਰੇ ਵੀ ਮੱਥੇ ਲੱਗ ਜੇ ਨਾ, ਤੇਰਾ ਦਿਨ ਐਨ ਨੰਗੂਗਾ ਟਣਾ ਟਣ। ਬਾਪੂ ਜਹਾਜ਼ ਦੇ ਮੱਥੇ ਲੱਗ ਜਾਂਦੀ ਹੈ ਤੜਕੀ ਉੱਠ ਕੇ, ਫੇਰ ਨਹੀਂ ਦਿਨ ਚੰਗਾ ਲੰਘਦਾ। ਕਿਹਦੇ ਮੱਥੇ ਲੱਗਦਾ ਮੈਨੂੰ ਵੀ ਦੱਸ ਦੇ। ਉਹ ਤਾਂ ਹੈਗੀ ਹੈ ਕੋਈ। ਹੈ ਹੈਗੀ ਆ, ਮਾਂ ਨੂੰ ਮਜ਼ਾਕ ਕਰਦਾ। ਉਹ ਮਾਂ ਯਾਰ ਦੇਖ ਕਿੰਨਾ ਕੁ ਟਾਈਮ ਲੁਕਾਊਂਗਾ, ਜਿਹੜੀ ਦਿਲ ਦੀ ਗੱਲ ਹੁੰਦੀ ਹੈ ਨਾ ਜ਼ੁਬਾਨ ਤੇ ਆ ਹੀ ਜਾਂਦੀ ਹੈ, ਆਪਣੇ ਟੱਬਰ 'ਚ ਤਾਂ ਖਾਸ ਕਰਕੇ ਨਹੀਂ ਰਹਿੰਦੀ ਹੁੰਦੀ। ਇੱਧਰ ਹੋ ਜਾ, ਨਹੀਂ ਪਤਾ ਬਾਪੂ ਖੜਿਆ ਹੋਣਾ ਇੱਥੇ। ਹਾਏ ਹਾਏ ਵੀ ਕਿਹੜੀ ਗੱਲ, ਦੱਸ ਤਾਂ ਦੇ ਮੈਨੂੰ ਯਾਰ। ਕੀ ਯਾਰ? ਤੇਰੀ ਨੂੰਹ ਪਸੰਦ ਕਰ ਰੱਖੀ। ਦੇਖ ਜੱਸੇ ਮੇਰੇ ਨਾਲ ਮਜ਼ਾਕ ਨਾ ਕਰ। ਉਹ ਮਾਂ ਨਹੀਂ ਮਜ਼ਾਕ ਹੈਗਾ,
ਤੇ ਨਾ ਮੈਂ ਮਜ਼ਾਕ ਦੇ ਮੂਡ 'ਚ ਹਾਂ। ਸੱਚੀ ਕਹਿਣਾ ਤੇਰੀ ਨੂੰਹ ਹੈ, ਮੈਂ ਪਸੰਦ ਕਰ ਰੱਖੀ ਹੈ, ਬਾਹਲੀ ਸੋਹਣੀ ਹੈ। ਵੀ ਕਿੱਥੇ ਦੀ ਆ, ਕੀ ਕਰਦੀ ਆ, ਕਿੰਨੀ ਪੜ੍ਹਾਈ ਕੀਤੀ ਆ? ਉਹ ਟੇਪ ਰਿਕਾਰਡਰ ਵਾਂਗੂ ਸ਼ੁਰੂ ਹੋ ਜਾਂਦੀ ਹੈ, ਸੋਹਣੀ ਹੈ, ਪਿੰਡ ਹੈਗਾ ਰੰਗੜਿਆਲ। ਬਰੇਟਿਆਂ ਲੱਗ ਗਏ। ਹੱਲਾ ਬਈ, ਹਾਂ ਉਹ ਲਵੇ ਕਿੱਥੇ ਆ, ਜਿੱਥੇ ਜਾਂਦਾ ਦੋ ਪਿੰਡ ਛੱਡ ਕੇ ਆਵਾਂ। ਬੇ ਲਵੇ ਆ, ਫਿਰ ਵੀ ਮੇਰੀ ਕਰਦੀ ਕੀ ਹੈ, ਪੜ੍ਹਾਈ ਕਿੰਨੀ ਕੀਤੀ ਹੈ ਤਾਂ ਦੱਸ ਦੇ, ਕਿੰਨਾ ਦੀ ਕੁੜੀ ਹੈ? ਜੱਟਾਂ ਦੀ ਕੁੜੀ ਹੈ, 12 ਪੜ੍ਹੀ ਹੈ, ਠੀਕ ਹੈ। ਨਾਲੇ ਮੇਰੀ ਗੱਲ ਸੁਣ, ਹੋਰ ਚੀਜ਼ ਮੱਲੇ ਨਾ ਮਿਲੇ ਆਪਣੇ ਟੱਬਰ ਨਾਲ, ਰਲਦੀ ਮਿਲਦੀ ਹੈ, ਜ਼ਬਾਨ ਜ਼ਰੂਰ ਮਿਲਦੀ ਹੈ, ਜਿੰਨਾ ਮੈਂ ਤੂੰ ਬਾਪੂ ਬੋਲਦੇ ਹਾਂ ਨਾ ਓਨਾ ਹੀ ਬੋਲਦੀ ਆ ਉਹ ਵੀ। ਬਈ ਮੈਨੂੰ ਨਹੀਂ ਇੱਦਾਂ ਦੀ ਚਾਹੀਦੀ, ਮੈਨੂੰ ਤਾਂ ਸ਼ਾਂਤ ਸੁਭਾਅ ਵਾਲੀ ਚਾਹੀਦੀ ਆ, ਜਿਹੜੀ ਚੁੱਪ ਚਾਪ ਘਰ ਦਾ ਕੰਮ ਕਰੀ ਜਾਵੇ। ਆਹੋ ਚਾਹੀਦੀ ਆ ਤੁਹਾਨੂੰ ਸ਼ਾਂਤ ਸੁਭਾਅ ਵਾਲੀ, ਨਾ ਮੇਰੀ ਗੱਲ ਤਾਂ ਸੁਣ ਲੈ, ਸ਼ਾਂਤ ਸੁਭਾਅ ਵਾਲੀ ਆਪਣੇ ਟੱਬਰ ਚ ਆ ਕੇ ਤੀਜੇ ਦਿਨ ਮਰ ਜੂਗੀ ਜੇ ਅਸੀਂ ਚੁੱਪ ਰਹੀ। ਅੱਛਾ ਆਪ ਤਾਂ ਤੁਸੀਂ ਬੋਲੋ ਰੇਡੂਏ ਲਾ ਕੇ, ਹੈ ਉਹ ਰਹੇ ਸ਼ਾਂਤ ਸੁਭਾਅ ਦੇ, ਯਾਰ ਨੀ ਲਿਆਉਂਦੇ ਅਸੀਂ ਜੀ। ਹਾਏ ਹਾਏ ਬਈ, ਤੂੰ ਤਾਂ ਮੈਨੂੰ ਸੋਚਾਂ ਚ ਪਾ ਦਿੱਤਾ ਆ ਕੁੜੀ ਪਸੰਦ ਕਰਕੇ। ਜੇ ਤੇਰੇ ਬਾਪੂ ਨੂੰ ਪਤਾ ਲੱਗ ਗਿਆ ਨਾ, ਆ ਦੇਖੀ ਤੇਰੇ ਵੀ ਛਿੱਤਰ ਫੇਰਨੇ, ਉਹਨੇ ਮੇਰੇ ਵੀ ਫੇਰਨੇ ਆ, ਉਹਨੇ ਹੌਲੀ ਬੋਲ। ਓਏ ਉਹਨੂੰ ਜਹਾਜ਼ ਨੂੰ ਦੱਸੂ ਕੌਣ, ਮੇਰੀ ਗੱਲ ਸੁਣ ਲੈ, ਉਹਨੂੰ ਜਹਾਜ਼ ਨੂੰ ਦੱਸ ਕੇ ਹੀ ਸਰਨਾ, ਬਾਪ ਆ ਤੇਰਾ ਉਹ ਪਿਓ। ਦੱਸਣਾ ਪਊ ਹੋਰ ਕੀ, ਉਹਦੇ ਤੋਂ ਬਗੈਰ ਵਿਆਹ ਲਿਆਏਗਾ? ਉਹ ਮੈਂ ਤਾਂ ਐਂ ਕਹਿੰਦਾ ਸੀ ਉਹਨੂੰ, ਐਂ ਕਹਿੰਦਾ ਵੀ ਤੂੰ ਰੇ ਕੱਖ ਪਾ, ਅਸੀਂ ਬਰੇਟੇ ਜਾ ਕੇ ਆਉਂਦੇ ਹਾਂ। ਬਈ ਤੂੰ ਸੱਚੀ ਛਿੱਤਰ ਖਾ ਲੈਣੀ ਆ ਲੱਛਣਾ ਕਰਕੇ। ਮੇਰੀ ਗੱਲ ਸੁਣ ਲੈ, ਜਦੋਂ ਤੂੰ ਦੇਖੇਗੀ ਨਾ ਦੇਖਦੀ ਰਹਿ ਜਾਏਗੀ, ਮੇਰਾ ਵਾਅਦਾ ਹੈ ਤੇਰੇ ਨਾਲ ਮਾਂ, ਸਾਰੇ ਪਿੰਡ 'ਚ ਨਹੀਂ ਹੋਣੀ ਇਹੋ ਜੀ। ਆਹੋ ਹੋਣੀ ਨਹੀਂ ਪਿੰਡ 'ਚ, ਪਤਾ ਨਹੀਂ ਕੀ ਚੌਦਵੀਂ ਦਾ ਚੰਦ ਪਸੰਦ ਕੀਤਾ ਇਹਨੇ। ਉਹ ਚੌਦਵੀਂ ਦਾ ਚੰਦ ਵੀ ਫਿੱਕਾ ਹੈ, ਚੌਦਵੀਂ ਦੇ ਚੰਦ 'ਚ ਵੀ ਮੈਂ ਸੁਣਿਆ ਦਾਗ ਹੈ। ਉਹ ਤਾਂ ਜਦੋਂ ਦੇਖਦੇ ਆ ਨਾ ਉਹਨੂੰ ਸ਼ੀਸ਼ੇ ਵਰਗੀ ਸਾਫ਼ ਹੈ, ਸਾਫ਼ ਸੂਰਤ। ਆਏ ਹਾਏ ਹਾਏ ਹਾਏ, ਲੱਗ ਪਿਆ ਗੱਪਾਂ ਮਾਰਨ। ਉਹ ਗੱਪ ਨੀ ਹੈਗੇ, ਮੇਰੀ ਗੱਲ ਸੁਣ ਲੈ, ਜੇ ਤੈਨੂੰ ਨਾ ਪਸੰਦ ਆਈ ਨਾ ਤੇਰਾ ਪੁੱਤ ਜਿੱਥੇ ਕਹੇਗੀ ਉੱਥੇ ਵਿਆਹ ਕਰਾ ਲੂਗਾ। ਹਾਂ ਜਿਹੜੀ ਗੱਲ ਹੈਗੀ ਮੈਂ ਤੈਨੂੰ ਦੱਸਦੀ, ਜ਼ਬਾਨ ਥੋੜੀ ਜਿਹੀ ਆਪਣੇ ਵਰਗੀ ਲੰਬੀ ਹੈ। ਵੇ ਪੁੱਠੇ ਲੱਛਣਾਂ ਤੋਂ ਹਟ ਜਾ, ਹਟ ਜਾ, ਮੈਂ ਪਾੜੂੰਗੀ ਤੇਰੇ ਵਾਸਤੇ ਕੁੜੀ, ਉਹ ਵੀ ਸੋਹਣੀ ਸਨੈਖੀ ਰਿਸ਼ਤੇਦਾਰੀ ਵਿੱਚ, ਸਾਨੂੰ ਕੀ ਪਤਾ ਕਿਹੜੇ ਕੋੜਮੇ ਚੋਂ ਹੈ ਕਿਹੜੇ ਚੋਂ ਨਹੀਂ। ਸੱਚੀ ਕਹਿਣਾ ਪਾੜਦੀ, ਪਰ ਪਹਿਲਾਂ ਉਹਨੂੰ ਦੇਖ ਲੈ ਇੱਕ ਵਾਰੀ, ਜੇ ਤੇਰੇ ਨਾ ਪਸੰਦ ਆਈ ਨਾ, ਸੱਚੀ ਕਹਿਣਾ ਮੰਮੀ ਸੌਂ ਲੱਗੇ, ਜਿੱਥੇ ਕਹੇਗੀ ਨਾ ਉੱਥੇ ਵਿਆਹ ਕਰਾ ਲੂੰਗਾ। ਦੇਖ ਲਊਗੀ, ਪਹਿਲਾਂ ਤੇਰੇ ਬਾਪੂ ਨਾਲ ਗੱਲ ਕਰਨੀ ਪੈਣੀ ਆ। ਓਏ ਉਹਦੇ ਨਾਲ ਨਾ ਗੱਲ ਕਰੀ ਜਹਾਜ਼ ਨਾਲ, ਮੇਰੀ ਗੱਲ ਸੁਣ ਲੈ, ਮੈਂ ਤੈਨੂੰ ਕੱਲੀ ਨੂੰ ਦਿਖਾ ਲਿਆਂਗਾ, ਉਹਦੇ ਨਾਲ ਤਾਂ ਜਮੀ ਨਾ ਗੱਲ ਕਰੀ, ਉਹ ਤਾਂ ਮੈਂ ਕੰਮ ਵੱਲ ਤੋਂ ਪਹਿਲੇ ਨੰਨਾ ਮਾਰ ਦਿੰਦਾ, ਉਹਦੇ ਨਾਲ ਨਹੀਂ ਗੱਲ ਕਰਨੀ ਹੈਗੀ ਮਾਂ। ਉਹਦੇ ਨਾਲ ਤਾਂ ਕਰਨੀ ਪੈਣੀ ਆ, ਦੇਖ ਮੈਂ ਉਹਦੇ ਲੜ ਲੱਗ ਕੇ ਆਈ ਸੀ, ਮੈਂ ਨਹੀਂ ਉਹਦੇ ਤੋਂ ਪਹਿਲਾਂ ਤੋਂ ਗੱਲ ਲਕੋਈ, ਚਾਹੇ ਉਹ ਅੜਬੋਆ ਚਾਹੇ ਉਹ ਗੁੱਸੇ ਵਾਲਾ ਆ, ਬਸ ਮੈਂ ਤਾਂ ਉਹਨੂੰ ਦੱਸੇ ਤੋਂ ਬਿਨਾਂ ਇੱਕ ਪੈਰ ਨਹੀਂ ਪੱਟਦੀ। ਮੇਰੀ ਗੱਲ ਸੁਣ ਲੈ, ਜੇ ਮੇਰੇ ਤੇ ਕੋਈ ਗੱਲ ਆ ਗਈ ਨਾ ਜਾਂ ਮੇਰੇ ਛਿੱਤਰ ਪੈ ਗਏ, ਫਿਰ ਦੇਖ ਲਈ ਯਾਰ। ਨਹੀਂ ਪੈਂਦੇ ਛਿੱਤਰ, ਮੈਂ ਆਪਣੇ ਹਿਸਾਬ ਨਾਲ ਗੱਲ ਕਰੂੰਗੀ ਪੁੱਤ, ਮੈਂ ਇੰਨੀ ਬੋਲੀ ਨਹੀਂ ਹੈਗੀ ਵੀ ਤੇਰੇ ਛਿੱਤਰ ਵਜਾ ਦਵਾਂ, 50 ਵਾਰੀ ਛਿੱਤਰਾਂ ਤੋਂ ਬਚਾਇਆ ਤੈਨੂੰ। ਚੱਲ ਚੰਗਾ ਫਿਰ ਕਰ ਬਾਪੂ ਨਾਲ ਗੱਲ, ਮੇਰੀ ਗੱਲ ਤਾਂ ਸੁਣ ਲੈ, ਮੇਰੀ ਗੱਲ ਤਾਂ ਸੁਣ ਲੈ, ਬਾਹਰ ਨੂੰ ਚੱਲਾ, ਮੇਰੀ ਗੱਲ ਤਾਂ ਸੁਣ ਲੈ। ਹਾਂ ਹਾਂ ਬਸ, ਚਾਹ ਨੂੰ ਕਹਿੰਦਾ ਇਹ, ਕਹਿੰਦਾ ਚਾਹ ਬਣਾ ਦੇ, ਪੰਡੀ ਬਹੁਤ ਸੋਹਣਾ ਅੱਜ ਦੇਖਿਆ। ਆਹ ਨਾ ਆਪੂ ਮਾਂ ਤੂੰ ਚੱਲ, ਮੈਂ ਆ ਗਿਆ, ਚੱਲ ਮੈਂ ਆ ਗਿਆ। ਕਿੱਥੋਂ ਜਹਾਜ਼ ਤੜਕੀ ਮੱਥੇ ਲੱਗ ਜਾਂਦੇ, ਸੱਚੀ ਕਹਿਣਾ ਤੜਕੀ ਲੱਗ ਜੂ ਟੇਪ ਰਿਕਾਰਡਰ ਵਾਂਗੂ, ਜਿਵੇਂ ਧਰਮਪ੍ਰੀਤ ਦੀ ਕੈਸਟ ਪਾਈ ਹੁੰਦੀ ਹੈ, ਵੀ ਐਂ ਲੱਗ ਜੂ ਕਰਨ। ਚੰਗੇ ਦਿਨ ਚੜਿਆ ਸੀ, ਸਵੇਰ ਵੀ ਮੱਥੇ ਲੱਗ ਗਈ। ਇਹ ਜੋ ਬੋਲੀ ਨੀ ਗੁਲਾਬੋ, ਉਹ ਗੁਲਾਬੋ, ਉਹ ਯਾਰ ਗੱਲ ਤਾਂ ਸੁਣ ਲੈ ਗੁਲਾਬੋ। ਵਿਚਾਰਾ ਬੋਲ ਤਾਂ ਬਹੁਤ ਮਾਰਦਾ ਸੀ, ਕੀ ਪਤਾ ਉਹਨੂੰ ਕੰਮ ਹੋਵੇ, ਇੱਕ ਵਾਰੀ ਸੁਣ ਹੀ ਲੈਣੀ ਆ। ਚੱਲ ਓਏ ਗੁਲਾਬੋ, ਉਹ ਯਾਰ ਗੱਲ ਤਾਂ ਸੁਣ ਲੈ। ਹਾਂ ਦੱਸ ਨਾ, ਮੇਰੀ ਗੱਲ ਸੁਣ, ਅੱਜ ਤੂੰ ਮੈਨੂੰ ਬੁਲਾਇਆ ਵੀ ਨਹੀਂ। ਕਿਉਂ, ਮੈਂ ਕਿਹੜਾ ਤੈਨੂੰ ਜਾਣਦੀ ਆ?
ਲੈ ਜਾਣਦੀ ਕਿਉਂ ਨਹੀਂ ਆਪਾਂ ਇੱਕ ਦੂਜੇ ਨੂੰ ਜਾਣਦੇ ਨਹੀਂ ਮੈਂ ਤੁਹਾਡੇ ਘਰੇ ਚਿੱਠੀਆਂ ਦੇ ਕੇ ਆਉਣਾ ਤੁਹਾਡੇ ਘਰੇ ਚਾਹ ਵੀ ਪੀ ਕੇ ਆਇਆ ਚਿੱਠੀਆਂ ਤਾਂ ਹਰੇਕ ਦੇ ਘਰੇ ਦੇ ਕੇ ਆਉਣਾ ਚਾਹ ਵੀ ਪਤਾ ਨਹੀਂ ਕਿੰਨੇ ਦੇ ਘਰੇ ਪੀ ਕੇ ਆਇਆ ਹੋਏਗਾ ਫਿਰ ਕਿਤੋਂ ਹਰੇਕ ਨੂੰ ਜਾਣਦਾ ਓਏ ਐਂ ਚਾਹ ਹਰੇਕ ਦੇ ਘਰੇ ਨਹੀਂ ਪੀਤੀ ਜਾਂਦੀ ਹੁੰਦੀ ਆਪਣਿਆਂ ਦੇ ਘਰੇ ਪੀਤੀ ਜਾਂਦੀ ਹੁੰਦੀ ਹੈ ਅਸੀਂ ਤਾਂ ਤੈਨੂੰ ਕਦੇ ਆਪਣਾ ਮੰਨੇ ਹੀ ਨਹੀਂ ਹਾਂ ਸੱਚ ਉਹਦੇ ਵਾਸਤੇ ਮੈਂ ਤੇਰਾ ਥੈਂਕ ਯੂ ਕਰਨਾ ਸੀ ਜਿਹੜਾ ਤੂੰ ਸਾਨੂੰ ਪੈਸੇ ਦੇ ਕੇ ਗਿਆ ਵੈਸੇ ਤੇਰਾ ਘੁੱਗੂ ਜੀ ਦਾ ਦਿਮਾਗ ਇੰਨਾ ਕੰਮ ਕਿਵੇਂ ਕਰ ਗਿਆ ਤੈਨੂੰ ਦੱਸ ਤਾ ਮਾਤਾ ਨੇ ਲੈ ਬੇਬੇ ਮੇਰੀ ਹੈ ਨਾ ਕਿ ਤੇਰੀ ਉਹ ਯਾਰ ਬੇਬੇ ਦਾ ਗਲੱਬ ਤੇਰੀ ਹੈ ਪਰ ਮੈਂ ਉਹਨਾਂ ਦਾ ਮੂੰਹ ਬੰਨਿਆ ਸੀ ਵੀ ਗਲੱਬ ਉਹਨੂੰ ਦੱਸਿਓ ਨਾ ਉਹਨਾਂ ਦਾ ਹੱਕ ਨਹੀਂ ਸੀ ਦੱਸਣ ਦਾ ਅੱਛਾ ਹੁਣ ਮੇਰੀ ਬੇਬੇ ਪਹਿਲਾਂ ਤੇ ਇੱਥੋਂ ਪੁੱਛਿਆ ਕਰੂਗੀ ਵੀ ਗਲੱਬ ਉਹਨੂੰ ਕਿਹੜੀ ਗੱਲ ਦੱਸਣੀ ਹੈ ਅਤੇ ਕਿਹੜੀ ਲੁਕੋ ਕੇ ਰੱਖਣੀ ਆ ਫਿਰ ਮੈਨੂੰ ਦੱਸਿਆ ਕਰੂਗੀ ਹੈ ਨਾ ਉਹ ਯਾਰ ਕਿਸੇ ਟਾਈਮ ਤਾਂ ਹਟ ਜਾ ਕਰ ਸਾਰਾ ਟਾਈਮ ਨਾ ਲੜਨ ਦਾ ਬਹਾਨਾ ਚਾਹੀਦਾ ਤੈਨੂੰ ਤੈਨੂੰ ਵੀ ਮੇਰੇ ਨਾਲ ਗੱਲ ਕਰਨ ਦਾ ਬਹਾਨਾ ਹੀ ਚਾਹੀਦਾ ਘੁੱਗੂ ਜੀ ਨੂੰ ਓਏ ਗੱਲ ਤਾਂ ਸੁਣ ਲੈ ਹਰ ਵਾਰੀ ਮੇਰਾ ਟਾਈਮ ਖਰਾਬ ਕਰ ਦਿੰਦਾ ਓਏ ਮੈਨੂੰ ਤਾਂ ਐ ਨਹੀਂ ਸਮਝ ਨਾ ਮੈਨੂੰ ਐਂ ਦੱਸ ਤੈਨੂੰ ਕਿਵੇਂ ਪਤਾ ਲੱਗਦਾ ਵੀ ਮੈਂ ਹੁਣ ਘਰ ਤੋਂ ਬਾਹਰ ਨਿਕਲ ਗਈ ਉਹ ਲੈ ਤੈਨੂੰ ਦੱਸਿਆ ਸੀ ਨਾ ਵੀ ਰੱਬ ਨਾਲ ਆਪਣੀ ਸਿੱਧੀ ਗੱਲਬਾਤ ਹੈ ਪੂਰੀ ਸਿਰੇ ਵਾਲੀ ਆੜੀ ਹੈ ਉਹ ਦੱਸ ਦਿੰਦਾ ਵੀ ਹਾਂ ਹੁਣ ਗਲੱਬ ਘਰ ਤੋਂ ਬਾਹਰ ਚੱਲੀ ਹੈ ਬਗਿਆ ਤੈਨੂੰ ਲੜਨ ਦਾ ਬਹਾਨਾ ਮਿਲ ਜਾਂਦਾ ਵੈਸੇ ਇੰਨਾ ਤੂੰ ਸਿਆਣਾ ਹੈ ਨਹੀਂ ਜਿੰਨਾ ਤੂੰ ਬਣਦਾ ਤੈਨੂੰ ਆਪਦਾ ਤਾਂ ਪਤਾ ਨਹੀਂ ਹੁੰਦਾ ਵੀ ਤੂੰ ਕਿੱਥੇ ਫਿਰਦਾ ਤੈਨੂੰ ਦੂਜਿਆਂ ਦਾ ਫਿਰ ਕਿਵੇਂ ਪਤਾ ਲੱਗੂਗਾ ਨਾਲੇ ਇੱਕ ਗੱਲ ਹੋਰ ਮੇਰੇ ਪਿੰਡ ਦੇ ਲੋਕਾਂ ਦਾ ਨਾ ਗੁੱਸਾ ਬਹੁਤ ਭੈੜਾ ਇਹ ਨਾ ਹੋਵੇ ਤੂੰ ਆਇਆ ਤੇ ਇੱਥੇ ਦੋਏ ਪੈਰਾਂ ਨਾਲ ਹੈ ਤੇ ਜਾਵੇਂ ਮੁਰਗਾ ਬਣ ਕੇ ਤੇ ਨਾਲੇ ਤੈਨੂੰ ਇੱਕ ਗੱਲ ਹੋਰ ਦੱਸਦਾ ਵੀ ਜੇ ਤੇਰੇ ਪਿੰਡ ਦੇ ਲੋਕਾਂ 'ਚ ਗੁੱਸਾ ਹੈ ਨਾ ਜਾਂ ਤੇਰੇ 'ਚ ਗੁੱਸਾ ਬਹੁਤ ਹੈ ਤਾਂ ਮੇਰੇ ਦਿਲ 'ਚ ਪਿਆਰ ਵੀ ਬਹੁਤ ਹੈ ਗੁੱਸੇ ਨੂੰ ਪਿਆਰ ਨਾਲ ਹੀ ਮਾਰਿਆ ਜਾ ਸਕਦਾ ਅਤੇ ਉਹ ਮੈਂ ਸਾਬਤ ਕਰਕੇ ਰਹੂੰਗਾ ਕੀ ਦੇਖਦੀ ਹੈ ਸਾਡੇ ਪਿੰਡ ਦੇ ਨੇ ਉਹ ਮੇਰੀ ਬੇਇੱਜ਼ਤੀ ਨਾ ਕਰਵਾਇਆ ਕਰੇ ਮੇਰੇ ਰਾਜ ਮੈਨੂੰ ਘੇਰ ਘੇਰ ਕੇ ਨਾਲੇ ਤੂੰ ਨਾ ਮੈਨੂੰ ਦਿਮਾਗ ਪੱਖੋਂ ਪਾਗਲ ਹੀ ਲੱਗਦਾ ਚੰਗੇ ਹਸਪਤਾਲ 'ਚ ਦਾਖਲ ਹੋ ਜਾ ਪਾਗਲ ਜਾ ਆਏ ਹੋਏ ਗੁਲਾਬੋ ਸਹੀ ਕਹਿੰਦੀ ਸੀ ਵੀ ਸਾਡੇ ਪਿੰਡ ਦੇ ਤੈਨੂੰ ਮਾਰ ਕੇ ਦੱਬ ਦੇਣਗੇ ਆਦਾ ਨੰਬਰਦਾਰ ਵੇ ਦਰਵਾਜ਼ਾ ਹੈ ਨੀ ਤੂੰ ਕਾਦਾ ਨੰਬਰਦਾਰ ਵੇ ਦਰਵਾਜ਼ਾ ਹੈ ਨੀ ਦੇਖੀ ਲੈ ਚੱਲੀ ਜੀ ਸਾਰਾ ਦਿਨ ਗੀਤ ਗਾਉਂਦੀ ਫਿਰੀ ਜਾਂਦੀ ਹੈ ਨਾ ਮੈਨੂੰ ਐਂ ਦੱਸ ਗੁਲਾਬੋ ਚੱਲ ਠੀਕ ਹੈ ਬੇਬੇ ਜੇ ਤੈਨੂੰ ਮੇਰੀ ਆਵਾਜ਼ ਨਹੀਂ ਪਸੰਦ ਮੈਂ ਇਦੂ ਬਾਅਦ ਗਾਉਂਦੀ ਨਹੀਂ ਹਾਏ ਮੈਂ ਮਰ ਜਾਂ ਲੈ ਮੇਰੀ ਧੀ ਦੀ ਆਵਾਜ਼ ਮੈਨੂੰ ਪਸੰਦ ਨਾ ਹੋਵੇ ਇੰਨੀ ਸੋਹਣੀ ਆਵਾਜ਼ ਜਿੰਨੀ ਸੋਹਣੀ ਮੇਰੀ ਗੁਲਾਬੋ ਓਨੀ ਸੋਹਣੀ ਆਵਾਜ਼ ਸੱਚੀ ਲੈ ਹੋਰ ਕੀ ਨਾਂ ਵੀ ਤੂੰ ਮੈਨੂੰ ਐਂ ਦੱਸ ਕਿੱਥੇ ਗਈ ਸੀ ਹੁਣ ਮੈਂ ਤਾਂ ਚਾਚੀ ਕੇ ਘਰੇ ਗਈ ਸੀਗੀ ਤੇ ਆਹ ਸੱਚ ਸਵੇਰੇ ਸਵੇਰੇ ਡਾਕੀਆਂ ਮੇਰੇ ਰੋਜ਼ ਮੱਥੇ ਲੱਗ ਜਾਂਦਾ ਬੇਕਾਰ ਜਾ ਹੁਣ ਫੇਰ ਮੱਥੇ ਲੱਗ ਗਿਆ ਇੱਕ ਰਾਤ ਮੈਨੂੰ ਰੋਜ਼ ਘੇਰ ਕੇ ਖੜ ਜਾਂਦਾ ਜੇ ਬੇਬੇ ਤੈਨੂੰ ਕਦੋਂ ਮਿਲਿਆ ਨਾ ਹੁਣ ਉਹਨੂੰ ਕਹਿ ਦੀ ਵੀ ਸਾਡੀ ਕੁੜੀ ਨੂੰ ਨਾ ਬਈ ਖੇਰ ਕੂਰ ਖੜਿਆ ਕਰ ਨਾਲੇ ਪਿੰਡ ਵਾਲੇ 100 ਗੱਲਾਂ ਬਣਾਉਣਗੇ ਮੰਨਿਆ ਕਿ ਉਹਦੇ ਦਿਲ 'ਚ ਕੁਛ ਨਹੀਂ ਹੈਗਾ ਵਧੀਆ ਉਹ ਦਿਲ ਦਾ ਚੰਗਾ ਮੁੰਡਾ ਹੈ ਪਰ ਫੇਰ ਵੀ ਦੇਖਣ ਵਾਲੇ ਤਾਂ ਬੇਬੇ ਗਲਤ ਸਮਝਦੇ ਨੇ ਨਾਲੇ ਕੁੜੀ ਚਿੜੀ ਦੀ ਤਾਂ ਮਿੰਟ 'ਚ ਗੱਲ ਬਣਾ ਲੈਂਦੇ ਨੇ ਪਿੰਡ ਵਾਲੇ ਓਹੋ ਤੂੰ ਹੋਰ ਵੀ ਕਿਸੇ ਦੀ ਸੁਣ ਲਿਆ ਕਰ ਗੱਲ ਜਦੋਂ ਲੱਗ ਜਾਂਦੀ ਆ ਸਾਂ ਹੀ ਨਹੀਂ ਲੈਂਦੀ ਫਿਰ ਮੈਨੂੰ ਐਂ ਦੱਸ
जे तेनू ओह मिलिया सी मुंडा तू उहनू घरे बुला ले हुंदी क्यों घरे की तार कढ़ाउणी आ तां लै कमली तार कढ़ाउंदे हुंदे ने ओह उहदा ना बैग जिहा लै जांदा ओह ओह अच्छा बेबे 150 रुपए दा सारा बैग नहीं हैगा ओह होर लै लूगा दस उहनू बैग बिना सरदा नहीं नाले अज ओह चिट्ठियां जुट्ठियां कोई नहीं सी वंडण आया खाली हत्थ फिरदा सी ओहो चिट्ठियां वंडण भी पुत टाइम ते आउंदा हुंदा हुण कोई होर कम होऊगा ओह कम करन आया होऊगा ओ मैनू बुलाउण दी की लोड़ है माता मैनू पता लग गया सी भी माता दी चाह वाजा मारदी है कितरों आ गया है बेबे की ए नजर वट्टू जा होट आजा आजा पुत बड़िया उम्र वाला है तू भी मैं तेनू याद करी जांदी सी होर माता ठीक है वधिया ठीक ठाक पुत तू तो ओ लै जांदा तेरा बैग जा मैं आखे आए ही नहीं हैगा मुड़ के नाले आ चाह दी केड़ी गल करदा है पुत मैं तेनू दुध च पत्ती पिया के पियाऊ नाले चाह ही बनदिया रहिंदे ने पिंडा च चाह दा की तोड़ा ओ कोई गल नहीं माता चाह दा तां मैं तेनू झेड़ करदा सी मैं तां बैग ही लैण आया सी नाले जे चाह पीण बह गया की पता कोई फिर दुबारे कह दे वी आ लै फिर चाह पीण बह गया लै ओ तां कहना ही आ रात वाला दुध सारा जमाता सी ते हुण चाह चोकरा दुध है दुपहरे वाली करनी आ ओहो क्लब ए नहीं बोलिया करदे पुत जेड़ा कोई औखे टाइम काम आया हुंदा है ओनू ऐ थोड़ी बोलदे हुंदे ने बीबी किसी मुंडे नू बगाने नू इन्ना सिर ते नहीं चढ़ाया करदे नाले तू आप ही कहनी हुन्नी आ गुलाबो मैनू तां इह जमी तेरे वांगू लगदा है जिवें तू मेरी धी है इह मेरा पुत है इह गल दुबारे नहीं कहणी वी औखे टाइम काम आ गया ना जे मैं ना काम आउंदा होर कौण आउंदा नाले जे मेरे कोल चार पैसे हैगे सी मैं थोनू देते इहदे च वड्डी की गल है मां हां ओह तां कोई भी दे दिंदा जिहदे कोल पैसे हुंदे ने हाँ सही गल है जिदे को पैसे होंगे ने कोई भी दे दिंदा पुत तू एदा गुस्सा ना मनी एदा ना कमली उई बोल पैंदी हैगी ओ नहीं माता एदा की गुस्सा करना है जदो मैं थोड़े पिंड दी जूच वड़दा ना जिन्ना चिर इहदे नाल लड़ा ना मैनू भी नज़ारा जिहा नहीं आउंदा देख लै तू भी है ना एदे वर्गी है जमी चला जा मैं किसे वर्गी नहीं हैगी लै नहीं थोड़े टब्बर च जां कोई इहदे नानकियां च इन्ने गुस्से वाला हैगा सी कोई कोई ना पुत लाडली जी रखी हुई है गुस्से वाला कोई नहीं है साडे अच्छा जी हाँ चलो कोई नहीं आना ही किन शौक है गीत जे गाई जाती है बाली सोहना गाँदी है कदे कदे तो कमली कोठे ते चढ़ के गाउन लग जाती है अद्धे पिंड नू सुना देंदी है गाँदी तो माता यह वाकई सोहना है जो गाँदी है ना ऐ लगता भी सारे चुप हो गए होंगे तो कल यही बोलती होंगी है बाकी थोड़ा मोटा गाउन का शौक मैनू भी है गा गू असी भी लैने पर तेरी कुड़ी जिन्ना सोहना नहीं गाँव मैं अच्छा कोई ना पुत तू भी कदे टाइम कढ के मैनू सुना के जाई सोना तो यह भी बथेरा गाँदी है खबर तू भी सोना गाँदा हो मैं हाँ। चाह दी कुट बनाउनी आ ना तेनू बैग लिया के दिनी तेरा ठीक है माता किधर लंघ गई यार हुण तेनू देखण दा सी तेरे घरे आई सी आ पकड़ के मिनट मार दी जान नू ਲੈ ਪੁੱਤ ਆ ਚਾਹ ਪੀ ਲੈ ਲੈ ਨਾਲੇ ਤੇਰਾ ਆਹ ਬੈਗ ਜਾ ਹੋਰ ਪੁੱਤ ਪਰਿਵਾਰ 'ਚ ਕੌਣ ਕੌਣ ਹੈ ਤੁਹਾਡੇ ਪਰਿਵਾਰ 'ਚ ਮਾਤਾ ਬਸ ਇੱਕ ਮੇਰੀ ਮੰਮੀ ਹੈ ਇੱਕ ਮੇਰੇ ਡੈਡੀ ਹੈ ਅਤੇ ਇੱਕ ਮੈਂ ਤਿੰਨੋਂ ਹੀ ਜਣੇ ਹਾਂ ਅੱਛਾ ਇਕੱਲੇ ਹੀ ਹੈ ਤੂੰ ਹਾਂਜੀ 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 ਚੱਲ ਵਧੀਆ ਭਾਈ ਬਸ ਗਾਉਣ ਦਾ ਸ਼ੌਂਕ ਹੈ ਬਾਪੂ ਥੋੜ੍ਹਾ ਜਿਹਾ ਇਸ ਕੰਮ ਨੂੰ ਮਾੜਾ ਸਮਝਦਾ ਗਾਉਣ ਨੂੰ ਅਤੇ ਬੇਬੇ ਉਹ ਤਾਂ ਬੜੀ ਘੈਂਟ ਹੈ ਵਿਚਾਰੀ ਬਹੁਤ ਪਿਆਰ ਕਰਦੀ ਹੈ ਅਤੇ ਹਮੇਸ਼ਾ ਨਾ ਮੇਰੀਆਂ ਹਾਂ 'ਚ ਹਾਂ ਹੀ ਮਿਲਾਉਂਦੀ ਰਹਿੰਦੀ ਹੈ ਪੁੱਤ ਮਾਵਾਂ ਦਾ ਦਿਲ ਇਹੀ ਜਿਹਾ ਹੁੰਦਾ ਹੈਗਾ ਮਾਵਾਂ ਤਾਂ ਧੀਆਂ ਪੁੱਤਾਂ ਦਾ ਸਾਥ ਹੀ ਦਿੰਦੀਆਂ ਹੁੰਦੀਆਂ ਨੇ ਫਿਰ ਮੈਂ ਤੁਹਾਨੂੰ ਸੁਣਾਵਾਂ ਗਾਣਾ ਸੁਣਾ ਦੇ ਪੁੱਤ ਹੋ ਕਦੇ ਵੱਟ ਦੇਖਿਆ ਨਾ ਮੈਂ ਤੇਰੇ ਮੱਥੇ 'ਤੇ ਕਿੰਜ ਲਿਖਤੀ ਰੱਬ ਨੇ ਤੂੰ ਨੀ ਮੇਰੇ ਮੱਥੇ 'ਤੇ ਕਿੰਜ ਲਿਖਤੀ ਰੱਬ ਨੇ ਤੂੰ ਨੀ ਮੇਰੇ ਮੱਥੇ 'ਤੇ ਫੁੱਲ ਖਿੜ ਗੇ ਰਾਵਾਂ 'ਚ ਖਿੜ ਗੇ ਰਾਵਾਂ 'ਚ ਤੂੰ ਜਿੱਥੋਂ ਲੰਘੀ ਹੈ ਹੋ ਮੇਰੇ ਦਿਲ ਦੀ ਏ ਰਾਣੀ ਏ ਨੀ ਤੂੰ ਕਿੰਨੀ ਚੰਗੀ ਹੈ ਹੋ ਮੇਰੇ ਦਿਲ ਦੀ ਏ ਰਾਣੀ ਏ ਨੀ ਤੂੰ ਕਿੰਨੀ ਚੰਗੀ ਹੈ
शाबाशे पुत, तू तो बाली सोना गाना है। शाला मेरा जीवे ढोला कोई सियो नए दो मासे वे तेरे जहे छत्ती फिर दे पंगे ले जाके होर पासे मुंडिया पंगे ले जाके होर पासे। क्यों मैं बेकी में गाया बाली सोना गाया पुत आ देख ले भाई मेरी गुलाबो तो इन्ना सोहना गीत गाउंदी हैगी। बागां विच मोर हुंदा वे बागां विच मोर हुंदा है तेरे पिछे क्यों रुल दे जे कोई तेरे जिया होर हुंदा वे जे कोई तेरे जिया होर हुंदा। साडा पिता दिल करदे कोई रांझा बन के आवे असी अंबरां विच उड जाइए ते कोई सानू पींग चटावे असी कच्चियां खुलियां वाले वे साडी फिकरां ने मत मारी है माफ करी सानू तेरे तो बापू दी पग पे पग प्यारी ओनू सदियां हो गईयां खप दे नू ओने किदा सानू पाले आए नाले चिट्टे हो गए बाला विच सारा ही दर्द छुपा ले आए ओनू सदियां हो गईयां खप दे नू ओने किता मैनू पाले आए नाले चट्टे हो गए बाला विच सारा ही दर्द छुपा ले आए ओ रातां नू भी सौंदा नहीं ओ दिती अजे कवारी है माफ करी सानू दी पग प्यारी है माफ करी सानू तेरे तो बापू दी पग प्यारी है मेरी अम्मी पुतली दुखां दी सीने विच दर्द छुपा ਭਰਦੀ ਸਾਡਾ ਸਾਰਿਆਂ ਦਾ ਪਾਣੀ ਨਾਲ ਭੁੱਖ ਮਿਟਾ ਲੈਂਦੀ ਮੇਰੀ ਅੰਮੀ ਪੁਤਲੀ ਦੁੱਖਾਂ ਦੀ ਸੀਨੇ ਵਿੱਚ ਦਰਦ ਛੁਪਾ ਲੈਂਦੀ ਢਿੱਡ ਭਰਦੀ ਸਾਡਾ ਸਾਰਿਆਂ ਦਾ ਪਾਣੀ ਨਾਲ ਭੁੱਖ ਮਿਟਾ ਲੈਂਦੀ ਸੱਚ ਲਿਖਦੀ ਕੁੜੀ ਕੁਮਾਣਾ ਦੀ ਸਾਡੀ ਕੱਚਿਆਂ ਵਿੱਚ ਸਰਦਾਰੀ ਨਹੀਂ ਮੇਰੀ ਇੱਥੀ ਹੈ ਜਿਉਂਦੀ ਵੱਸਦੀ ਰਹਿ ਪੁੱਤ ਇੱਕ ਗੱਲ ਦੱਸ ਮੈਨੂੰ ਤੈਂ ਆਹ ਗਾਣਾ ਕਦੋਂ ਬਣਾ ਲਿਆ ਤੈਂ ਤਾਂ ਜਮੀ ਆਪਣੇ 'ਤੇ ਢੁੱਕਦੀ ਗੱਲ ਲਿਖਤੀ ਜਦੋਂ ਮਰਜ਼ੀ ਬਣਾ ਲਿਆ ਬੇਬੇ ਇੱਕ ਕੁੜੀ ਨੂੰ ਸਭ ਤੋਂ ਵੱਡੀ ਜਿਹੜੀ ਪਿਆਰੀ ਚੀਜ਼ ਹੁੰਦੀ ਹੈ ਨਾ ਉਹ ਆਪਦੇ ਬਾਪੂ ਦੀ ਪੱਗ ਹੀ ਹੁੰਦੀ ਹੈ ਅਤੇ ਆਪਦੀ ਮਾਂ ਦੀ ਚੁੰਨੀ ਜਿਉਂਦੀ ਰਹਿਤੀ ਹੈ ਤੇਰੀ ਇੰਨੀ ਵਧੀਆ ਸੋਚ ਲੈ ਬੇਬੇ ਤੈਨੂੰ ਹੁਣ ਪਤਾ ਲੱਗੇ ਮੇਰੀ ਇੰਨੀ ਸੋਹਣੀ ਸੋਚ ਹੈ ਓਹੋ ਤੂੰ ਐਂ ਨਾ ਮੂੰਹ ਕਰਿਆ ਕਰ ਤੂੰ ਤਾਂ ਹੱਸਦੀ ਸੋਹਣੀ ਲੱਗਦੀ ਹੈ।